ਸਾਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੇਹਾ ਬਰਨ ਕੌਰ ਮਾਨ ਪ੍ਰੋਗਰਾਮ ਇਨਫੋਰਮੇਸ਼ਨ ਡੋਸ ਇਨਫੋਰਮੇਸ਼ਨ ਜ਼ਿੰਦਗੀ ਕਹਿੰਦੇ ਅੱਧੀ ਪੈ ਜਾਂਦੀ ਹੈ ਅੱਧੀ ਤੋਂ ਵੀ ਘੱਟ ਪੈ ਜਾਂਦੀ ਹੈ ਪਰ ਜਾਣਕਾਰੀ ਕਦੇ ਵੀ ਪੂਰੀ ਹਾਸਲ ਨਹੀਂ ਹੁੰਦੀ ਦੁਨੀਆ ਦੇ ਕਿਸੇ ਕੋਨੇ ਵੱਲ ਵੀ ਨਿਗਾਹ ਮਾਰ ਲਓ ਇਦਾਂ ਲੱਗਦਾ ਹੈ ਕਿ ਆਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਇਸ ਚੀਜ਼ ਬਾਰੇ ਤਾਂ ਸਾਨੂੰ ਜਾਣਕਾਰੀ ਹੀ ਨਹੀਂ ਸੀ ਕੀ ਸੱਚਮੁੱਚ ਦੁਨੀਆ ਤੇ ਇਦਾਂ ਹੋ ਸਕਦਾ ਔਰ ਕਈ ਹੈਰਾਨੀਜਨਕ ਕਿਸੇ ਹੁੰਦੇ ਨੇ ਜਿਨ੍ਹਾਂ ਨੂੰ ਖਬਰਾਂ ਨੂੰ ਸੁਣ ਕੇ ਪੜ੍ਹ ਕੇ ਦੇਖ ਕੇ ਇਦਾਂ ਲੱਗਦਾ ਕਿ ਸੱਚ ਹੈ ਇਦਾਂ ਹੁੰਦਾ ਵੀ ਹੈ ਅਜਈਆਂ ਕੁਝ ਗੱਲਾਂ ਮੈਂ ਤੁਹਾਡੇ ਲਈ ਅੱਜ ਲੈ ਕੇ ਆਇਆ ਇਨਫੋਰਮੇਸ਼ਨ ਡੋਸ ਪ੍ਰੋਗਰਾਮ ਦੇ ਵਿੱਚ ਕਰਦੇ ਆਂ ਪ੍ਰੋਗਰਾਮ ਸ਼ੁਰੂ ਤੇ ਦਿਨੀਆਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਬਹੁਤ ਗਰਮੀ ਹੋ ਗਈ ਹੈ ਔਰ ਹਰ ਇਨਸਾਨ ਬੜਾ ਦੁਖੀ ਹੈ ਇਸ ਗਰਮੀ ਦੇ ਕਾਰਨ ਇੰਨੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਇਨਸਾਨ ਨੂੰ ਇਦਾਂ ਲੱਗਦਾ ਕਿ ਉਹਨੇ ਗਲਤੀ ਕੀ ਕਰਤੀ ਫਿਰ ਚੇਤਾ ਵੀ ਆਉਂਦਾ ਕਿ ਕਿੰਨੀ ਜ਼ਿਆਦਾ ਗਰਮੀ ਦਾ ਕਾਰਨ ਦਰਖਤਾਂ ਦੀ ਕਟਾਈ ਹੋ ਸਕਦਾ ਹੈ ਜ਼ਰੂਰਤ ਤੋਂ ਜ਼ਿਆਦਾ ਇਲੈਕਟ੍ਰੋਨਿਕਸ ਦਾ ਯੂਜ਼ ਹੋ ਸਕਦਾ ਹੈ ਦਰਖਤਾਂ ਦੀ ਕਟਾਈ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਾਨੂੰ ਸਾਹ ਲੈਣ 'ਚ ਵੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪੋਲਿਊਸ਼ਨ ਜਿਹੜੀ ਮਾਤਰਾ ਹੈ ਪੋਲਿਊਸ਼ਨ ਦੀ ਬਹੁਤ ਵੱਧ ਜਾਂਦੀ ਹੈ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਬੜੇ ਸਾਰੇ ਐਡਮਿਨਿਸਟ੍ਰੇਸ਼ਨਸ ਆਫਿਸਸ ਨੇ ਜਿਹੜੇ ਉਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ ਕਿ ਆਹ ਕੀਤਾ ਜਾਏ ਦਰਖਤ ਲਾਏ ਜਾਣ ਜੰਗਲ ਲਾਏ ਜਾਣ ਫੇਰ ਦੂਸਰੇ ਜੰਗਲਾਂ ਦੀ ਕਟਾਈ ਕੀਤੀ ਜਾਵੇ ਪਰ ਇੱਕ ਨਵੀਂ ਚੀਜ਼ ਸਾਹਮਣੇ ਆਈ ਹੈ ਸੋਚੋ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੁਹਾਨੂੰ ਡਿਗਰੀ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਦਰਖਤ ਲਗਾਓਗੇ ਟਰੀ ਪਲਾਂਟੇਸ਼ਨ ਕਰੋਗੇ ਫਿਲੀਪੀਨਸ ਦੇ ਵਿੱਚ ਇਹ ਚੀਜ਼ ਸਾਬਤ ਹੋ ਚੁੱਕੀ ਹੈ ਔਰ ਇਹ ਚੀਜ਼ ਲਾਗੂ ਵੀ ਹੋ ਚੁੱਕੀ ਹੈ ਕਿ ਤੁਹਾਨੂੰ ਗ੍ਰੈਜੂਏਸ਼ਨ ਦੀ ਡਿਗਰੀ ਉਸੇ ਟਾਈਮ ਮਿਲੇਗੀ ਜਦੋਂ ਤੁਸੀਂ ਦਰਖਤ ਲਗਾਉਂਗੇ ਜਦੋਂ ਤੱਕ ਤੁਸੀਂ ਪੇੜ ਪੌਦੇ ਨਹੀਂ ਲਾਉਂਦੇ ਤੁਹਾਡੀ ਗ੍ਰੈਜੂਏਸ਼ਨ ਦੀ ਡਿਗਰੀ ਤੁਹਾਨੂੰ ਨਹੀਂ ਮਿਲੇਗੀ ਇਨਸਾਨ ਨੂੰ ਕਹਿੰਦੇ ਸੁੱਖ ਦਾ ਸਾਹ ਉਦੋਂ ਮਿਲਦਾ ਜਦੋਂ ਡਾਕਟਰ ਨੇ ਕੋਈ ਗੰਭੀਰ ਬਿਮਾਰੀ ਲਿਖਤੀ ਹੋਵੇ ਤੇ ਬਾਅਦ ਦੇ ਵਿੱਚ ਪਤਾ ਲੱਗੇ ਕਿ ਨਹੀਂ ਮੈਂ ਬਿਲਕੁਲ ਠੀਕ ਹਾਂ ਟੈਸਟ ਕਰਾਏ ਨੇ ਟੈਸਟ ਨਾਰਮਲ ਆਏ ਨੇ ਦਿੱਕਤ ਜ਼ਿਆਦਾ ਸੀ ਸਰੀਰ ਦੇ ਆਪਣੇ ਬਹੁਤ ਸਾਰੇ ਟੈਸਟ ਹੁੰਦੇ ਆ ਕਿੰਨੇ ਟੈਸਟ ਕਿੰਨੇ ਤਰੀਕੇ ਦੇ ਟੈਸਟ ਕੋਈ ਲਿਮਟ ਹੀ ਨਹੀਂ ਐਕਸ-ਰੇ ਟੈਸਟ ਸਭ ਤੋਂ ਪਹਿਲਾਂ ਕਿਸ ਦਾ ਹੋਇਆ ਸੀ ਇਨਸਾਨ ਦੀ ਗੱਲ ਨਹੀਂ ਕਰ ਰਹੀ ਕਿ ਉਹ ਕੌਣ ਇਨਸਾਨ ਸੀ ਸਰੀਰ ਦੇ ਅੰਗਾਂ ਦੇ ਵਿੱਚੋਂ ਹੱਥ ਦਾ ਐਕਸ-ਰੇ ਸਭ ਤੋਂ ਪਹਿਲਾਂ ਕੀਤਾ ਗਿਆ ਜਦੋਂ ਐਕਸ-ਰੇ ਮਸ਼ੀਨਜ਼ ਬਣ ਕੇ ਤਿਆਰ ਹੋ ਗਈਆਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਸ਼ੁਰੂ ਹੁੰਦਾ ਹੈ ਕਿੱਥੇ ਚਲਿਆ ਜਾਂਦਾ ਹੈ ਸਮੇਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਟਾਈਮ ਕਹਿ ਦਿੰਨੇ ਆ ਪਰ ਸਮੇਂ ਦੇ ਨਾਲ ਨਾਲ ਤਾਰੀਖ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਜਿਸ ਨੂੰ ਅਸੀਂ ਡੇਟ ਕਹਿ ਦਿੰਨੇ ਆ ਅਸਲ 'ਚ ਡੇਟ ਨੂੰ ਅਸੀਂ ਇਦਾਂ ਸੋਚਦੇ ਆ ਕਿ ਆਪਣੇ ਆਪ ਦੇ ਵਿੱਚ ਇੱਕ ਫੁੱਲ ਫਾਰਮ ਹੈ ਜਦਕਿ ਡੀ ਏ ਟੀ ਈ ਇੱਕ ਸ਼ਾਰਟ ਫਾਰਮ ਹੈ ਇਸ ਦੀ ਫੁੱਲ ਫਾਰਮ ਹੈ ਡੇਟ ਐਂਡ ਟਾਈਮ ਐਵੋਲੂਸ਼ਨ ਏ ਹੈ ਡੀਟ ਦੀ ਪੂਰੀ ਫੁਲ ਫਾਰਮ ਅਸੀਂ ਅਕਸਰ ਇੰਜੀਨੀਅਰਿੰਗ ਦੀਆਂ ਗੱਲਾਂ ਕਰਦੇ ਹਾਂ ਇੰਜੀਨੀਅਰ ਐਦਾਂ ਹੁੰਦੇ ਨੇ ਉਹ ਹੁੰਦੇ ਨੇ ਇੰਜੀਨੀਅਰਸ ਬਿਨਾ ਬੜ ਔਖਾ ਹੈ নো ਡਾਊਟ ਇੰਜੀਨੀਅਰਿੰਗ ਦੀ ਸਟੱਡੀ ਬਹੁਤ ਮੁਸ਼ਕਿਲ ਹੈ ਔਰ ਹਰ ਕਿਸੇ ਨੂੰ ਇੰਜੀਨੀਅਰ ਦਾ ਅਰਥ ਪਤਾ ਹੈ ਪਰ ਇਨਾ ਪਤਾ ਹੈ ਕਿ ਇੰਜੀਨੀਅਰਿੰਗ ਸੈਂਟਰ ਨੂੰ ਹਿੰਦੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਹਿੰਦੀ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਅਭਿਆਨਤ੍ਰਿਕ ਖੇਤਰ ਆਪਾ ਸੋਚ ਵੀ ਨਹੀਂ ਸਕਦੇ ਕਿਉਂਕਿ ਬਹੁਤ ਸਾਰੇ ਅੱਖਰ ਹੁੰਦੇ ਨੇ ਜਿਨ੍ਹਾਂ ਦੀ ਸਾਨੂੰ ਪੰਜਾਬੀ ਤੇ ਹਿੰਦੀ ਨਹੀਂ ਪਤਾ ਹੁੰਦੀ ਪਰ ਅੰਗਰੇਜ਼ੀ ਦੇ ਵਿੱਚ ਅਰਥ ਚੰਗੀ ਤਰ੍ਹਾਂ ਪਤਾ ਹੁੰਦੇ ਨੇ ਹੁਣ ਗੱਲ ਕਰਦੀ ਆ ਮੈਂ ਤੁਹਾਡੇ ਨਾਲ ਜਿੰਦਾ ਰਹਿਣ ਦੀ ਜਿੰਦਾ ਰਹਿਣ ਦੀ ਕਰਾਂ ਕਿ ਕੀ ਕਰਾਂ ਦੋ ਕਠੀਆਂ ਹੀ ਗੱਲਾਂ ਕਰ ਲੈਣੀ ਆ ਲੋਪਥ ਗਾਮਨੀ ਬਰਾਮ ਬਿੰਦੂ ਤੇ ਮੈਂ ਤਾਂ ਪਾਣੀ ਪੀ ਰਹੀ ਸੀ ਕਦੇ ਹੋ ਸਕਦਾ ਕਿ ਮੈਂ ਪਾਣੀ ਨਾ ਪੀਵਾਂ ਹੋਈ ਨਹੀਂ ਸਕਦਾ ਦੁਨੀਆ ਦਾ ਕਿਹੜਾ ਜੀਵ ਹੈ ਜਿਹੜਾ ਪਾਣੀ ਪੀਤੇ ਬਿਨਾਂ ਜੀਵਿਤ ਰਹਿ ਸਕਦਾ ਹੈ ਕੰਗਾਰੂ ਰੈਂਟ ਨਾਮਕ ਇੱਕ ਜੀਵ ਹੁੰਦਾ ਹੈ ਜਿਸ ਨੂੰ ਪਾਣੀ ਨਾ ਪਿਲਾਓ ਪਾਣੀ ਬਿਨਾਂ ਹਮੇਸ਼ਾ ਜੀਵਿਤ ਰਹਿ ਸਕਦਾ ਹੈ ਹੁਣ ਗੱਲ ਆਉਂਦੀ ਹੈ ਕਿ ਲੋਪਤ ਗਾਮਨੀ ਬਰਾਮ ਬਿੰਦੂ ਕੀ ਹੋਇਆ ਜਿੱਥੇ ਮੈਂ ਪਾਣੀ ਪਿੰਦੀ ਸੀ ਤੁਸੀਂ ਵੀ ਸਾਰਿਆਂ ਨੇ ਉੱਥੇ ਜ਼ਰੂਰ ਕਦੇ ਨਾ ਕਦੇ ਪਾਣੀ ਪੀਤਾ ਹੋਣਾ ਮੈਂ ਗੱਲ ਕਰ ਰਹੀ ਹਾਂ ਰੇਲਵੇ ਸਟੇਸ਼ਨ ਦੀ ਹਿੰਦੀ ਦੇ ਵਿੱਚ ਰੇਲਵੇ ਸਟੇਸ਼ਨ ਨੂੰ ਕਹਿੰਦੇ ਨੇ ਲੋਪਤਗਾਮਿਨੀ ਵਿਰਾਮ ਬਿੰਦੂ ਔਰ ਟ੍ਰੇਨ ਨੂੰ ਕਹਿੰਦੇ ਨੇ ਲੋਪਤਗਾਮਿਨੀ ਦੇਖਿਆ ਕਿਨੀ ਕਮਾਲ ਦੀ ਗੱਲ ਹੈ ਟੈਲੀਫੋਨ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਦੂਰਵਾਸ ਕੇਂਦਰ ਕਹਿੰਦੇ ਨੇ ਇਹ ਇੱਕ ਗੱਲ ਹੋਰ ਦਿਮਾਗ ਚ ਆਉਂਦੀ ਹੈ ਕਿ ਜਦੋਂ ਵੀ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਦਿਲ ਕਰਦਾ ਹੈ ਕਿ ਵੱਖਰੇ ਵੱਖਰੇ ਥਾਵਾਂ ਤੇ ਘੁੰਮੀਏ ਫਿਰ ਉੱਥੇ ਪਹੁੰਚ ਕੇ ਨਵੀਂ ਨਵੀਂ ਜਾਣਕਾਰੀ ਹਾਸਲ ਕਰੀਏ ਬਹੁਤ ਸਾਰੇ ਮਹਾਦੀਪ ਵੀ ਨੇ ਜਿੱਥੇ ਕਈ ਜਣੇ ਘੁੰਮਣ ਗਏ ਹੋਣਗੇ ਪਰ ਕੇਵਲ ਤੇ ਕੇਵਲ ਮਾਈਕਲ ਜੈਕਸਨ ਤੇ ਸ਼ਾਹਰੂਖ ਖਾਨ ਅਜਿਹੇ ਦੋ ਸ਼ਖਸ ਨੇ ਜਿਨ੍ਹਾਂ ਨੂੰ ਦੁਨੀਆ ਦੇ ਹਰ ਮਹਾਦੀਪ ਨੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਹੈ ਪਾਣੀ ਦੀ ਗੱਲ ਹੋਈ ਹੈ ਤੇ ਪਾਣੀ ਜਿਹੜਾ ਵੇਖਣ ਨੂੰ ਵੀ ਸੋਨਾ ਲੱਗਦਾ ਹੈ ਅਸੀਂ ਪਾਣੀ ਦੇਖਣ ਦੇ ਲਈ ਸਮੁੰਦਰ ਦੇ ਕੰਢਿਆਂ ਤੇ ਜਾਂਦੇ ਹਾਂ ਪਾਣੀ ਨੂੰ ਦੇਖਣ ਦੇ ਲਈ ਨਦੀਆਂ ਦੇ ਕਿਨਾਰੇ ਆ ਤੇ ਬੈਠਦੇ ਹਾਂ ਕਿੰਨਾ ਸੋਹਣਾ ਲੱਗਦਾ ਹੈ ਪਾਣੀ ਵਾਲੀ ਨਦੀ ਨੂੰ ਦੇਖਦਿਆਂ ਹੋਇਆਂ ਸੋਚੋ ਕਦੇ ਨਦੀ ਦਾ ਰੰਗ ਕੋਈ ਹੋਰ ਹੋਵੇ ਸਪੇਨ ਦੇ ਵਿੱਚ ਇੱਕ ਲਾਲ ਰੰਗ ਦੀ ਨਦੀ ਵੀ ਹੈ ਹੈ ਨਾ ਕਮਾਲ ਦੀ ਗੱਲ ਤੇ ਅਸੀਂ ਬੈਠੇ ਆ ਨਦੀ ਕਿਨਾਰੇ ਔਰ ਕੁਝ ਖਾ ਪੀ ਰਹੇ ਆ ਤੇ ਸੋਚੋ ਖਾਂਦਿਆਂ ਪੀਂਦਿਆਂ ਨੂੰ ਬਾਅਦ ਵਿੱਚ ਜਦੋਂ ਐਡਾ ਬਿੱਲ ਆ ਜਾਵੇ ਬਿੱਲ ਦੇ ਨਾਲ GST ਲੱਗ ਜਾਏ ਐਡਾ ਬਿੱਲ ਆ ਗਿਆ ਦਿਲ ਕਬਰ ਆ ਗਿਆ ਜਿਹੜੀ GST ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਅਸਲ ਦੇ ਵਿੱਚ ਜਿਹੜੀ GST ਹੈ ਉਸ ਦਾ ਮਾਡਲ ਲਿਆ ਗਿਆ ਕੈਨੇਡਾ ਤੋਂ ਤੇ GST ਨੂੰ ਲਾਗੂ ਕਰਨ ਵਾਲਾ ਸਭ ਤੋਂ ਪਹਿਲਾ ਦੇਸ਼ ਬਣਿਆ ਫਰਾਂਸ ਨਿੱਕੇ ਹੁੰਦੇ ਆ ਸਾਰੇ ਸੁਣਦੇ ਆਏ ਆ तितਲੀ ਉੜੀ ਬਸ ਮਿਚੜੀ ਡਰਾਈਵਰ ਕਹਤਾ ਆ ਜਾ ਮੇਰੇ ਭਾਸ तितਲੀ ਕਹਤੀ ਹਟ ਬਦਮਾਸ਼ ਬਟਰਫਲਾਈਜ਼ ਹਰ ਕਿਸੇ ਨੂੰ ਆਪਣੇ ਵੱਲ ਅਟਰੈਕਟ ਕਰਦੀਆਂ ਹਨ ਹਰ ਕਿਸੇ ਨੂੰ ਚਾ ਚੜਦਾ ਹੈ ਬਟਰਫਲਾਈਸ ਦੇਖ ਕੇ ਖਾਸ ਤੌਰ ਤੇ ਬਹਾਰ ਦੇ ਦਿਨਾਂ ਦੇ ਵਿੱਚ ਜਦੋਂ ਬਾਗਾਂ ਦੇ ਵਿੱਚ ਫੁੱਲ ਖਿੜੇ ਹੋਏ ਹੁੰਦੇ ਨੇ ਤਾਂ ਤਿਤਲੀਆਂ ਮਿੰਡਰਾਉਂਦੀਆਂ ਨੇ ਦਿਲ ਨੂੰ ਸਕੂਨ ਮਿਲਦਾ ਹੈ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਹੈ ਕਿ ਫਟਾਫਟ ਜਾਈਏ ਤਿਤਲੀ ਨੂੰ ਉਸ ਦੇ ਖੰਭਾਂ ਤੋਂ ਫੜੀਏ ਔਰ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਲਈਏ ਕਈ ਜਾਣੇ ਤਾਂ ਇੰਦਾ ਵੀ ਕਰਦੇ ਨੇ ਜੇ ਕੋਈ ਤਿਤਲੀ ਡਿਗੇ ਹੈ ਉਸ ਨੂੰ ਚੱਕ ਕੇ ਫੁੱਲਾਂ ਦੇ ਉੱਤੇ ਰੱਖ ਦੇਣਾ ਤਾਂ ਜੋ ਉਹ ਰਸ ਨੂੰ ਪੀ ਕੇ ਆਪਣੇ ਆਪ ਨੂੰ ਵਧੀਆ ਮਹਿਸੂਸ ਕਰੇ ਫੁੱਲਾਂ ਦਾ ਰਾਸ ਹੀ ਤਾਂ तितਲੀ ਦੀ ਜਾਨ ਹੁੰਦੀ ਹੈ ਔਰ ਸਾਡੀ तितਲੀ ਜਾਨ ਹੁੰਦੀ ਹੈ ਕਿਉਂਕਿ तितਲੀ ਸਾਰਿਆਂ ਨੂੰ ਪਸੰਦ ਨਹੀਂ ਹੁੰਦੀ ਹੈ ਪਰ ਜਿਹੜੀਆਂ तितਲੀਆਂ ਨੇ ਉਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਾਈਆਂ ਜਾਂਦੀਆਂ ਖਾਸੀਅਤ ਕੀ ਹੈ ਫਿਰ ਇਸ ਦੇ ਵਿੱਚ ਇਨਫੋਰਮੇਸ਼ਨ ਵਾਲੀ ਗੱਲ ਕੀ ਹੈ ਇਸ ਦੇ ਵਿੱਚ ਇਨਫੋਰਮੇਸ਼ਨ ਵਾਲੀ ਗੱਲ ਹੈ ਕਿ ਦੁਨੀਆ ਦੇ ਵਿੱਚ तितਲੀਆਂ ਦੀਆਂ ਬਹੁਤ ਪਰਜਾਤੀਆਂ ਨੇ ਤੇ ਸਭ ਤੋਂ ਵੱਧ ਪਰਜਾਤੀਆਂ ਜਿੱਥੇ तितਲੀਆਂ ਦੀਆਂ ਪਾਈਆਂ ਜਾਂਦੀਆਂ ਉਹ ਹੈ ਕੋਲੰਬੀਆ ਤੋ ਹੁਈ तितਲੀਆਂ ਦੀ ਪ੍ਰਜਾਤੀ ਦੀ ਗੱਲ ਹੁਣ ਗੱਲ ਕਰ ਲੈਨੇ ਆ ਕਿ ਜਨਸੰਖਿਆ ਕਿੱਥੇ ਕਿੰਨੀ ਹੈ ਇਹ ਗੱਲ ਕਰਾਂ ਜਾਂ ਆਪਾਂ ਭਾਰਤੀ ਹੁੰਨੇ ਆ ਬਈ ਭਾਰਤ ਦੀ ਗੱਲ ਕਰਾਂ ਆਪਾਂ ਇਹ ਦੱਸਦੇ ਆ ਤੁਹਾਨੂੰ ਸਿੱਧੀ ਸਾਫ਼ ਗੱਲ ਜਦੋਂ ਜਨਸੰਖਿਆ ਦੀ ਗੱਲ ਆਉਂਦੀ ਹੈ ਪੋਪੂਲੇਸ਼ਨ ਦੀ ਗੱਲ ਆਉਂਦੀ ਹੈ ਇੰਡੀਆ ਦੁਨੀਆ ਦੇ ਵਿੱਚ ਪੋਪੂਲੇਸ਼ਨ ਦੇ ਮਾਮਲੇ 'ਚ ਦੂਸਰੇ ਨੰਬਰ ਤੇ ਹੈ ਜੋ ਕਿ ਬਹੁਤ ਜ਼ਰੂਰੀ ਹੈ ਜਨਸੰਖਿਆ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ ਅਲਰਟ ਰੈਗੂਲਰ ਫੋਬਿਲਿਟੀ ਯੰਗ ਅਸੀਂ ਸਾਰੇ ਇਸ ਦੀ ਤਾਰੀਫ਼ ਕਰਦੇ ਹਾਂ ਹਰ ਇਨਸਾਨ ਇਹਨਾਂ ਨੂੰ ਸਲੂਟ ਕਰਦਾ ਹੈ ਕਿਸੇ ਵੀ ਕੰਟਰੀ ਦੇ ਹੋਣ ਹਰ ਕੋਈ ਇਹਨਾਂ ਨੂੰ ਚਾਹੁੰਦਾ ਹੈ ਐਨਰਜੀ ਆਰਮੀ ਜੋ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਉਹ ਆਰਮੀ ਦੀ ਫੁੱਲ ਫਾਰਮ ਹੈ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਧੀਆ ਗੱਲ ਹੈ ਕਿ ਆਰਮੀ ਦੀ ਵੀ ਫੁੱਲ ਫਾਰਮ ਹੁੰਦੀ ਹੈ ਜੋ ਬਹੁਤ ਕੱਟ ਲੋਕ ਜਾਣਦੇ ਨੇ ਪਰ ਇੰਨਾ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਦੁਨੀਆ ਦੇ ਉੱਤੇ ਦੋ ਤਰੀਕੇ ਦੇ ਲੋਕ ਪਾਏ ਜਾਂਦੇ ਨੇ ਇੱਕ ਉਹ ਜੋ ਵੈਜੀਟੇਰੀਅਨ ਹੁੰਦੇ ਨੇ ਇੱਕ ਉਹ ਜੋ ਨਾਨ ਵੈਜੀਟੇਰੀਅਨ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਜੇ ਆਪਾਂ ਇੰਡੀਆ ਨੂੰ ਛੱਡ ਕੇ ਸੋਚ ਕੇ ਤਾਂ ਜ਼ਿਆਦਾਤਰ ਲੋਕ ਨਾਨ ਵੈਜੀਟੇਰੀਅਨ ਹੀ ਹੁੰਦੇ ਨੇ ਇੰਡੀਆ 'ਚ ਬਹੁਤੇ ਲੋਕ ਤੁਹਾਨੂੰ ਵੈਜੀਟੇਰੀਅਨ ਮਿਲ ਜਾਣਗੇ ਇੰਡੀਆ ਦੇ ਵਿੱਚ ਉਹ ਕਿਹੜਾ ਸੂਬਾ ਹੈ ਜਿੱਥੇ ਸਭ ਤੋਂ ਵੱਧ ਸ਼ਾਕਾਹਾਰੀ ਲੋਕ ਰਹਿੰਦੇ ਨੇ ਰਾਜਸਥਾਨ। ਰਾਜਸਥਾਨ ਭਾਰਤ ਦਾ ਉਹ ਸੂਬਾ ਹੈ ਜਿੱਥੇ ਤੁਹਾਨੂੰ ਬਹੁਤ ਥੀ ਘੱਟ ਲੋਕ ਮਾਸਾਹਾਰੀ ਮਿਲਣਗੇ ਤੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਕਾਹਾਰੀ ਲੋਕ ਤੁਹਾਨੂੰ ਰਾਜਸਥਾਨ 'ਚ ਹੀ ਮਿਲਣਗੇ। ਦਾਸ ਪ੍ਰਥਾ ਇਸ ਤੋਂ ਹਰ ਕੋਈ ਦੁਖੀ ਸੀ। ਦਾਸ ਪ੍ਰਥਾ ਨੇ ਕਈ ਲੋਕਾਂ ਦਾ ਨੁਕਸਾਨ ਕੀਤਾ। ਦਾਸ ਪ੍ਰਥਾ ਨੇ ਕਈ ਲੋਕਾਂ ਨੂੰ ਇਮੋਸ਼ਨਲੀ ਵੀ ਵੀਕ ਕੀਤਾ ਤੇ ਫਿਜ਼ੀਕਲੀ ਵੀ ਵੀਕ ਕੀਤਾ। ਦਾਸ ਪ੍ਰਥਾ ਕਿਸੇ ਟਾਈਮ ਆਪਣੇ ਸਿਖਰ ਤੇ ਹੁੰਦੀ ਸੀ ਔਰ ਆਪਣੇ ਸਿਖਰ ਤੇ ਹੋਣ ਕਰਕੇ ਕਈ ਲੋਕਾਂ ਦਾ ਨੁਕਸਾਨ ਹੁੰਦਾ ਰਿਹਾ ਆਖਰਕਾਰ ਦਾਸ ਪ੍ਰਥਾ ਨੂੰ ਖਤਮ ਕਰਨ ਵਾਲੇ ਅਮਰੀਕਾ ਦੇ ਵਿੱਚ ਇੱਕ ਸ਼ਖਸ ਨੇ ਜਨਮ ਲਿਆ ਔਰ ਦਾਸ ਪ੍ਰਥਾ ਨੂੰ ਖਤਮ ਕਰਨ ਵਾਲੇ ਸ਼ਖਸ ਦਾ ਨਾਮ ਹੈ ਇਬਰਾਹਿਮ ਲਿੰਕਨ ਇਨਸਾਨਾਂ ਦੇ ਵਿੱਚ ਤਾਂ ਰਾਜ ਰਾਣੀਆਂ ਹੁੰਦੇ ਨੇ ਕਦੇ ਸੋਚਿਆ ਕਿ ਮਸਾਲਿਆਂ ਦੇ ਵਿੱਚ ਵੀ ਰਾਜ ਰਾਣੀਆਂ ਹੋਣ ਬਿਲਕੁਲ ਸੋਚ ਸਕਦੇ ਆਪਾਂ ਕਿਉਂਕਿ ਜੇ ਰਾਣੀ ਦੀ ਗੱਲ ਕਰੀਏ ਨਾ ਮਸਾਲਿਆਂ ਦੀ ਤਾਂ ਇਲਾਇਚੀ ਨੂੰ ਕਿਹਾ ਜਾਂਦਾ ਤੇ ਜੇ ਰਾਜੇ ਦੀ ਗੱਲ ਕਰੀਏ ਮਸਾਲਿਆਂ ਦੇ ਵਿੱਚ ਕਾਲੀ ਮਿਰਚ ਨੂੰ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਅੱਗੇ ਹੁੰਦਿਆਂ ਵੇਖਿਆ ਜਾਂਦਾ ਬੜੀਆਂ ਸਾਰੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਮਾਣ ਵੀ ਕੀਤਾ ਜਾਂਦਾ ਇਹ ਵੀ ਗੱਲ ਹੈ ਕਿ ਕਈ ਇਨਾਮ ਇਹੋ ਜਿਹੇ ਹੁੰਦੇ ਨੇ ਪੁਰਸਕਾਰ ਇਹੋ ਜੇ ਹੁੰਦੇ ਨੇ ਜਿਹੜੇ ਪਹਿਲੀ ਵਾਰ ਕਿਸੇ ਪਹਿਲੀ ਔਰਤ ਨੂੰ ਮਿਲੇ ਹੋਣ ਨੀਰਜਾ ਬਨੋਟ ਹਰ ਕੋਈ ਉਹਨਾਂ ਬਾਰੇ ਜਾਣਦਾ ਹੈ ਉਹ 에ਅਰ ਹੋਸਟ ਸਨ ਔਰ ਆਪਣੀ ਜਾਨ ਨੂੰ ਦਾਤ ਤੇ ਲਾ ਕੇ ਉਹਨਾਂ ਨੇ ਦੂਸਰੇ ਲੋਕਾਂ ਦੀ ਪਲੇਨ ਦੇ ਵਿੱਚ ਜਾਨ ਬਚਾਈ ਸੀ ਉਸ ਤੇ ਉੱਤੇ ਫਿਲਮ ਵੀ ਬਣੀ ਸੀ ਜਿਸ ਦੇ ਵਿੱਚ ਕੰਮ ਕੀਤਾ ਸੀ ਸੋਨਮ ਕਪੂਰ ਉਹਨਾਂ ਦੇ ਤੇ ਨੀਰਜਾ ਬਨੋਟ ਅਸ਼ੋਕ ਚੱਕਰ ਹਾਸਲ ਕਰਨ ਵਾਲੀ ਪਹਿਲੀ ਔਰਤ ਸਬਿਤਰਾ ਬਾਈ ਫੂਲੇ ਸਬਿਤਰਾ ਬਾਈ ਫੂਲੇ ਉਹ ਪਹਿਲੀ ਔਰਤ ਹੈ ਜਿਸ ਨੇ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ ਫਾਤਿਮਾ ਬੀਬੀ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਬਣਨ ਵਾਲੀ ਪਹਿਲੀ ਜੱਜ ਸੀ ਆਰਤੀ ਸਾਹਾ ਵਾਇੂਸੇਨਾ ਦੇ ਵਿੱਚ ਕੰਮ ਕਰਨ ਵਾਲੀ ਪਹਿਲੀ ਔਰਤ ਸੀ ਕਰੇਲੂ ਮੱਖੀ ਦੀ ਗੱਲ ਕਰਦੇ ਆ ਕਹਿੰਦੇ ਨੇ ਕਿ ਕਰੇਲੂ ਮੱਖੀ ਇੰਨੀ ਜ਼ਿਆਦਾ ਚਲਾਕ ਹੁੰਦੀ ਹੈ ਕਿ ਉਸ ਨੂੰ ਫੜਨ ਜਾਓ ਫਟਾਫਟ ਉੱਡ ਜਾਂਦੀ ਹੈ ਕਰੇਲੂ ਮੱਖੀ ਦੀ ਅੱਖ ਦੇ ਵਿੱਚ ਲਗਭਗ 1000 ਦੇ ਕਰੀਬ ਲੈਂਸ ਹੁੰਦੇ ਨੇ ਜੋ ਉਸ ਦੀ ਨਿਗਾਹ ਨੂੰ ਤੇਜ਼ ਕਰਦੇ ਨੇ ਕੀੜੀਆਂ ਕੀੜੀਆਂ ਆਪਣੀ ਕਿਸ ਸ਼ਕਤੀ ਦੇ ਨਾਲ ਚਲਦੀਆਂ ਨੇ ਕੀੜੀਆਂ ਨੂੰ ਬੇਸ਼ੱਕ ਦਿਖਦਾ ਨਹੀਂ ਪਰ ਕੀੜੀਆਂ ਜਿਹੜੀਆਂ ਨੇ ਆਪਣੀ 스멜 ਪਾਵਰ ਦੇ ਨਾਲ ਚਲਦੀਆਂ ਨੇ ਔਰ ਸਭ ਤੋਂ ਵੱਧ 스멜 ਪਾਵਰ ਜੇ ਕਿਸੇ ਦੀ ਮੰਨੀ ਜਾਂਦੀ ਹੈ ਤਾਂ ਉਹ ਕੀੜੀਆਂ ਦੀ ਮੰਨੀ ਜਾਂਦੀ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਨੂੰ ਕਿਹਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਦੁਆਬਾ ਪੰਜਾਬ ਦੇ ਵਿੱਚ ਦੁਆਬਾ ਇੱਕ ਅਜੀਹਾ ਖੇਤਰ ਹੈ ਜਿੱਥੇ ਤੁਹਾਨੂੰ ਘਰਾਂ ਦੀਆਂ ਕੋਠੀਆਂ ਦੇ ਉੱਤੇ ਬakre ਵakre ਤਰੀਕੇ ਦੀਆਂ ਟੈਂਕੀਆਂ ਮਿਲਣਗੀਆਂ ਇਹ ਗੱਲ ਸਰਵੇ ਦੇ ਵਿੱਚ ਵੀ ਸਾਬਤ ਹੋ ਚੁੱਕੀ ਹੈ ਇਸ ਦੇ ਉੱਤੇ ਕਈ ਡਾਕੂਮੈਂਟਰੀਜ਼ ਵੀ ਬਣ ਚੁੱਕੀਆਂ ਨੇ ਕਿ ਜਿੰਨੀਆਂ ਵੀ ਦੁਆਬੇ ਦੀਆਂ ਕੋਠੀਆਂ ਨੇ ਹਰ ਕੋਠੀ ਦੇ ਉੱਤੇ ਚਲੋ ਕਿਸੇ ਕੋਠੀ ਦੇ ਉੱਤੇ ਨਹੀਂ ਵੀ ਹੈ ਮਤਲਬ ਪੂਰੇ ਪੰਜਾਬ ਚੋਂ ਪੂਰੇ ਇੰਡੀਆ ਚੋਂ ਜ਼ਿਆਦਾਤਰ ਦੁਆਬੇ ਦੀਆਂ ਕੋਠੀਆਂ ਦੇ ਉੱਤੇ ਡਿਫਰੈਂਟ ਡਿਫਰੈਂਟ ਟਾਈਪਸ ਦੀਆਂ ਤੁਹਾਨੂੰ ਟੈਂਕੀਆਂ ਦਿਖਣਗੀਆਂ ਔਰੋ ਜਿਹੜੀਆਂ ਟੈਂਕੀਆਂ ਨੇ ਘੋੜੇ ਦੇ ਰੂਪ ਚ ਵੀ ਹੋ ਸਕਦੀਆਂ ਨੇ ਫੁੱਟਬਾਲ ਦੇ ਰੂਪ ਚ ਵੀ ਹੋ ਸਕਦੀਆਂ ਨੇ ਜਹਾਜ਼ ਦੇ ਰੂਪ ਚ ਵੀ ਹੋ ਸਕਦੀਆਂ ਨੇ ਬਲਦਾਂ ਦੇ ਰੂਪ ਚ ਵੀ ਸਕਤੀਆਂ ਨੇ ਕਾਰਨ ਜਿਹੜੇ ਬਲਦਾਂ ਨੂੰ ਢੜਾਉਣ ਦੇ ਸ਼ੌਕੀਨ ਨੇ ਉਹ ਬਲਦਾਂ ਵਾਲੀਆਂ ਟੈਂਕੀਆਂ ਲਾਉਂਦੇ ਨੇ ਜਿਹੜੇ ਘੋੜੀਆਂ ਰੱਖਣ ਦੇ ਸ਼ੌਕੀਨ ਨੇ ਉਹ ਘੋੜੀਆਂ ਦੀਆਂ ਟੈਂਕੀਆਂ ਲਾਉਂਦੇ ਨੇ ਜਿਨ੍ਹਾਂ ਨੇ ਕਬੱਡੀ ਦੇ ਵਿੱਚ ਜੋ ਹਾਸਲ ਕੀਤਾ ਹੈ ਉਹਨਾਂ ਨੇ ਤਾਂ ਆਪਣੇ ਘਰਾਂ ਦੀਆਂ ਕੋਠੀਆਂ ਦੇ ਉੱਤੇ ਕਬੱਡੀ ਵਾਲੇ ਪਹਿਲਵਾਨ ਵੀ ਬਣਾਏ ਨੇ ਤੁਹਾਨੂੰ ਜਲੰਧਰ ਦੇ ਵਿੱਚ ਜਹਾਜ਼ ਵਾਲੀਆਂ ਕੋਠੀਆਂ ਵੀ ਮਿਲ ਜਾਣਗੀਆਂ ਪਾਸਵਰਡ ਨੂੰ ਹਿੰਦੀ ਦੇ ਵਿੱਚ ਕੂਟ ਸ਼ਬਦ ਕਹਿੰਦੇ ਨੇ ਬੈਂਕ ਨੂੰ ਹਿੰਦੀ ਦੇ ਵਿੱਚ ਅਧਿਕੋਸ਼ ਕਿਹਾ ਜਾਂਦਾ ਹੈ ਮੋਬਾਈਲ ਫੋਨ ਨੂੰ ਹਿੰਦੀ ਦੇ ਵਿੱਚ ਚਲ-ਦੁਰ ਭਾਸ਼ ਕਿਹਾ ਜਾਂਦਾ ਹੈ। ਕ੍ਰਿਕਟ ਨੂੰ ਹਿੰਦੀ ਦੇ ਵਿੱਚ ਗੋਲ ਗੱਟਮ ਲੱਕੜ ਬੱਗਮ ਦੇ ਦੇਦਨਾਦਨ ਪ੍ਰਤੀਯੋਗਤਾ ਕਿਹਾ ਜਾਂਦਾ ਹੈ। ਟੀ ਆਰ ਪੀ ਦੀ ਫੁੱਲ ਫਾਰਮ ਟੈਲੀਵਿਜ਼ਨ ਰੇਟਿੰਗ ਪੁਆਇੰਟ। ਨਿਊਜ਼ੀਲੈਂਡ ਦੇ ਲੌਰੇਲ ਹਰਬਰਟ 올림픽 ਦੇ ਵਿੱਚ ਭਾਗ ਲੈਣ ਵਾਲੀ ਪੈਲੀ ਟ੍ਰਾਂਸਜੈਂਡਰ ਬਣੀ। ਪੈਟਰੋਲ ਦੀ ਖੋਜ ਕਰਨ ਵਾਲੇ ਸਨ ਕੋਲੋਨਲ ਡ੍ਰੇਕ, ਹਾਰਵੀ ਰੋਸਪਲ। ਇਹਨਾਂ ਦਾ ਨਾਮ ਸੁਣਿਆ? ਸ਼ਾਇਦ ਤੁਸੀਂ ਨਹੀਂ ਸੁਣਿਆ ਹੋਵੇਗਾ। ਪਰ ਇਹਨਾਂ ਦੀ ਬਣਾਈ ਹੋਈ ਚੀਜ਼ ਤੁਸੀਂ ਹਮੇਸ਼ਾ ਦੇਖੀ ਹੋਏਗੀ ਕੋਈ ਵੀ ਸੋਸ਼ਲ ਸਾਈਟ ਖੋਲੋ ਤੁਸੀਂ ਉਸ ਦੇ ਜ਼ਰੂਰ ਦਰਸ਼ਨ ਕੀਤੇ ਹੋਣਗੇ ਦਿਨ ਦੇ ਵਿੱਚ ਉਸ ਨੂੰ ਕਿੰਨੀ ਵਾਰ ਇਸਤੇਮਾਲ ਕਰਦੇ ਹੋਵੋਗੇ ਤੁਹਾਨੂੰ ਉਸ ਚੀਜ਼ ਦੇ ਬੈਚ ਮਿਲ ਜਾਣਗੇ ਮੈਂ ਗੱਲ ਕਰ ਰਹੀ ਹਾਂ ਸਮਾਈਲੀ ਦੀ ਹਾਰਡਵੀਰ ਹੋਸ ਨੇ ਸਮਾਈਲੀ ਦੀ ਖੋਜ ਕੀਤੀ ਜੋ ਕਿ ਇੱਕ ਆਰਟਿਸਟ ਨੇ ਕਮਰਸ਼ੀਅਲ ਆਰਟਿਸਟ ਅਮਰੀਕਾ ਤੋਂ ਨੇ ਉਹਨਾਂ ਨੇ ਇਸ ਚੀਜ਼ ਦਾ ਕੋਈ ਵੀ ਪੈਸਾ ਨਹੀਂ ਲਿਆ ਇਸ ਨੂੰ ਪੇਟੈਂਟ ਨਹੀਂ ਕਰਾਇਆ ਸਮਾਈਲੀ ਨੂੰ ਕਿਉਂਕਿ ਉਹ ਦੁਨੀਆ ਦੇ ਵਿੱਚ ਖੁਸ਼ੀ ਵੰਡਣਾ ਚਾਹੁੰਦੇ ਸਨ ਉਹ ਇਸ ਸਮਾਈਲੀ ਦੇ ਜ਼ਰੇ ਦੁਨੀਆ ਨੂੰ ਪ੍ਰੇਮ ਮੁਹੱਬਤ ਪਿਆਰ ਤੇ ਇੱਕ ਨਵੀਂ ਟੈਕਨੀਕ ਦੇਣਾ ਚਾਹੁੰਦੇ ਸਨ ਉਹਨਾਂ ਨੇ ਜਦੋਂ ਸਮਾਈਲੀ ਦੀ ਖੋਜ ਕੀਤੀ ਮਹਿਜ਼ ਉਸ ਟਾਈਮ ਵੀ ਥੋੜੇ ਜੇ ਪੈਸਿਆਂ ਦੀ ਕਮਾਈ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਕਦੇ ਕੋਈ ਵੀ ਪੈਸਾ ਕਿਸੇ ਵੀ ਸੋਸ਼ਲ ਸਾਈਟ ਤੋਂ ਕਿਸੇ ਵੀ ਜਗ੍ਹਾ ਤੋਂ ਨਹੀਂ ਲਿਆ ਆਪਣੀਆਂ ਸਮਾਈਲਜ਼ ਨੂੰ ਦੁਨੀਆ ਦੇ ਚਿਹਰੇ ਤੇ ਸਮਾਈਲ ਲੈ ਕੇ ਆਉਣ ਦੇ ਲਈ ਖੁੱਲ੍ਹਿਆਂ ਛਾੜ ਦਿੱਤਾ ਇਨਫੋਰਮੇਸ਼ਨ ਡੋਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਸਿਰਫ ਇਨਾ ਹੀ ਬਰਨ ਕੌਰ ਮਾਨ ਨੂੰ ਤੁਸੀਂ ਦੇਣੀ ਹੈ ਹੁਣ ਆ ਗਿਆ ਪਰ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਸੀ ਟੀਵੀ ਉਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੇ ਨਾਲ ਬਨੇ ਰਹਿਣਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਸਲਾਹ ਸਾਨੂੰ ਦੇ ਸਕਦੇ ਹੋ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਤੁਹਾਨੂੰ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਮਿਲ ਜਾਣਗੀਆਂ ਤੇ ਨਾਲ ਦੇ ਨਾਲ YouTube ਚੈਨਲ ਦੇ ਉੱਤੇ ਵੀ ਤੁਹਾਨੂੰ ਮਿਲ ਜਾਣਗੀਆਂ ਬੈਲ ਆਈਕਨ ਨੂੰ ਦਬਾਉਣਾ ਬਿਲਕੁਲ ਨਾ ਭੁੱਲਣਾ ਸਾਸ੍ਰਿਕਾ